वेलकम स्टूडेंट्स सब तो पहला आप सब नु मेरे वलो प्यार भरी सत श्री अकाल हां जी 7थ क्लास ਦੇ ਜਿਹੜੇ ਟਰਮ 1 ਦੇ ਐਗਜ਼ਾਮ ਹੋਣ ਜਾ ਰਹੇ ਨੇ ਉਹਨਾਂ ਦੀ ਤਿਆਰੀ ਦੇ ਲਈ ডিপਾਰਟਮੈਂਟ ਵੱਲੋਂ ਜੋ ਮੈਥ ਸਬਜੈਕਟ ਦੇ ਸੈਂਪਲ ਪੇਪਰ ਭੇਜੇ ਗਏ ਨੇ ਉਹਨਾਂ ਦੇ ਵਿੱਚੋਂ ਸੈਕਿੰਡ ਨੂੰ ਅੱਜ ਅਸੀਂ ਕਰਾਂਗੇ ਸੌਲ ਤਾਂ ਚਲੋ ਸ਼ੁਰੂ ਕਰਦੇ ਆਂ हां जी ਆਪਣੇ ਕੋਲ ਕੁਐਸਚਨ ਨੰਬਰ 1 ਹੈ ਮੁੱਲ ਪਤਾ ਕਰਨਾ ਹੈ ਇਸ ਦੀ ਵੈਲਿਊ ਫਾਈਂਡ ਆਊਟ ਕਰਨੀ ਹੈ ਕਿ ਦੇ ਬਰਾਬਰ ਹੋਏਗੀ ਹਾਂਜੀ 27 ਨੂੰ ਆਪਾਂ ਡਿਵਾਈਡ ਕਰਨਾ ਹੈ ਮਾਈਨਸ 3 ਦੇ ਨਾਲ 27 ਨੂੰ 3 ਤੇ ਡਿਵਾਈਡ ਕਰੀਏ ਤਾਂ ਆਪਾਂ ਨੂੰ ਮਿਲਦਾ ਹੈ 9 ਕਿਉਂਕਿ 9 3 27 ਹੁੰਦਾ ਹੈ 9 ਆਏਗਾ ਜਦੋਂ ਆਪਾਂ ਕਿਸੇ ਨੰਬਰ ਨੂੰ ਕਿਸੇ ਹੋਰ ਨੰਬਰ ਨਾਲ ਡਿਵਾਈਡ ਕਰੀਏ ਤੇ ਦੋਨਾਂ ਚੋਂ ਕਿਸੇ ਇੱਕ ਦੇ ਨਾਲ ਮਾਈਨਸ ਦਾ ਸਾਈਨ ਹੋਵੇ ਤਾਂ ਆਨਸਰ ਦੇ ਨਾਲ ਵੀ ਮਾਈਨਸ ਦਾ ਸਾਈਨ ਆਏਗਾ ਸੋ ਮਾਈਨਸ ਦਾ 9 ਆਨਸਰ ਆਏਗਾ ਇਸ ਦਾ ਸੋ ਬੀ ਆਪਸ਼ਨ கரੈਕਟ ਹੈ ਅਗਲਾ ਕੁਐਸਚਨ ਹੈ ਕਿ 117 ਨੂੰ ਕਿਸ ਸੰਖਿਆ ਨਾਲ ਭਾਗ ਕਰੀਏ ਡਿਵਾਈਡ ਕਰੀਏ ਕੇ ਭਾਗਫਲ 17 ਆ ਚੁਵੇ ਹਾਂਜੀ ਆਪਾਂ ਕੀ ਕਰਾਂਗੇ ਉਹ ਸੰਖਿਆ ਲੱਭਣ ਦੇ ਲਈ ਇਸ ਨੂੰ ਇਹਦੇ ਨਾਲ ਹੀ ਭਾਗਫਲ ਦੇ ਨਾਲ ਹੀ ਡਿਵਾਈਡ ਕਰ ਦਾਂਗੇ ਸੋ 170 ਨੂੰ ਡਿਵਾਈਡ ਕਰਾਂਗੇ ਆਪਾਂ ਮਾਈਨਸ ਦੇ 17 ਤੇ ਹਾਂਜੀ ਇਹਦਾ ਮਤਲਬ ਹੋ ਗਿਆ 170 ਦੇ 17 17 ਦੇ ਟੇਬਲ 'ਚ 170 ਘੱਟ ਹੋਏਗਾ 10 ਤੇ ਆਹ ਮਾਈਨਸ ਉਸਦੇ ਨਾਲ ਲੱਗ ਜਾਏਗਾ ਮਾਈਨਸ ਦਾ 10 ਆਨਸਰ ਆ ਜਾਏਗਾ ਸੋ so, ਮਾਈਨਸ 10 ਕਿਸ ਆਪਸ਼ਨ ਚ ਹੈ ਡੀ ਆਪਸ਼ਨ ਚ ਡੀ ਆਪਸ਼ਨ ਸਹੀ ਹੈ 3rd ਕੁਐਸਚਨ ਹੈ 15 ਮਿੰਟ 1 ਘੰਟੇ ਦੀ ਕਿਹੜੀ ਭਿੰਨ ਹਨ ਕਿ 15 ਮਿੰਟਸ 1 ਆਰ ਦੀ ਕੀ ਫ੍ਰੈਕਸ਼ਨ ਬਣਾਉਂਦੇ ਨੇ ਉਸ ਦੇ ਨਾਲ 1 ਆਰ ਦੇ ਨਾਲ ਇਹ ਪਤਾ ਕਰਨਾ ਹੈ ਹਾਂਜੀ ਉੱਪਰ ਆ ਜਾਏਗਾ 15 ਮਿੰਟ نیچے 1 ਆਰ 15 ਮਿੰਟ 1 आवर यानी कि 60 मिनट्स मिनट ਨਾਲ ਮਿੰਟ ਕੈਨਸਲ 15 4 60 1 ओवर 4 इज द आंसर आ जाएगा सो बी ऑप्शन करेक्ट है अगले ਦੇ ਵਿੱਚ ਆਪਾਂ 2/9 ਤੇ 4/7 ਦਾ ਜੋੜ یعنی ਕਿ ਸਮ ਹੈ ਜਿਹੜਾ ਉਹ ਪਤਾ ਲਗਾਉਣਾ ਚਾਹੁੰਦੇ ਆ ਸੋ 2/9 4/7 ਬਟਰਫਲਾਈ ਮੈਥਡ ਯੂਜ਼ ਕਰ ਲਾਂਗੇ ਇਕਲੀ ਵਿਧੀ 2 7 14 14 9 4 36 36 ਓਵਰ ਇਹਨਾਂ ਦੀ ਮਲਟੀਪਲੀਕੇਸ਼ਨ 9 7 63 ਹਾਂਜੀ ਇਹਨਾਂ ਨੂੰ ਐਡ ਕਰਕੇ 50 ਓਵਰ 63 ਇਹ ਅਨਸਰ ਬਣੇਗਾ ਆਪਣੇ ਕੋਲ ਦੇਖਦੇ ਹਾਂ ਕਿ ਇਸ ਆਪਸ਼ਨ ਚ ਹੈ 50 ਓਵਰ 63 ਹਾਂਜੀ ਡੀ ਆਪਸ਼ਨ ਹੈ ਡੀ ਆਪਸ਼ਨ ਕਰੈਕਟ ਹੈ ਹਾਂਜੀ ਨੈਕਸਟ ਤੇ ਆ ਜੰਦੇ ਹਾਂ ਕਿ 46 ਦਾ ਹਾਫ 46 ਦਾ 1 बटे 2 46 1/2 ਦਾ ਹਟਾ ਕੇ ਮਲਟੀਪਲਾਈ ਇੰਗਲਿਸ਼ ਮੀਡੀਆ ਵਾਲੇ অফ ਹਟਾ ਕੇ ਮਲਟੀਪਲਾਈ ਲਗਾ ਲੈਣਗੇ ਫਿਰ 2 ਦੇ ਟੇਬਲ ਚ 46 ਦੀ ਕਟਿੰਗ 23 ਤੇ 23 ਅਨਸਰ ਆ ਜਾਏਗਾ ਇਹ অপਸ਼ਨ கரੈਕਟ ਹੈ ਅੱਗੇ ਖਾਲੀ ਥਾਂ ਭਰਨੀ ਹੈ ਬਲੈਂਕ ਫਿਲ ਕਰਨੀ ਹੈ 43 ਨੂੰ ਕਿਹਦੇ ਨਾਲ ਮਲਟੀਪਲਾਈ ਕਰੀਏ ਕਿ -43 ਆ ਜਾਵੇ ਦੇਖੋ 43 ਦਾ 43 ਆ ਰਿਹਾ ਇਹਦਾ ਮਤਲਬ ਗੁਣਾ ਹੋਏਗੀ 1 ਦੇ ਨਾਲ ਤੇ ਉਸ ਤੋਂ ਬਾਅਦ ਇਹ ਵੀ ਦੇਖ ਰਹੇ ਹਾਂ ਕਿ ਅਨਸਰ ਦੇ ਨਾਲ ਮਾਈਨਸ ਆ ਗਿਆ ਪਰ ਇਹਨਾਂ ਚੋਂ 43 ਦੇ ਨਾਲ ਤਾਂ ਮਾਈਨਸ ਹੈ ਨਹੀਂ ਸੀ ਇਟ ਮੀਨਸ ਮਾਈਨਸ ਦਾ 1 ਲੈਣਾ ਪਏਗਾ ਤਾਂ ਕਿ ਮਲਟੀਪਲਾਈ ਕਰਦੇ ਹਾਂ ਆਪਣੇ ਕੋਲ ਮਾਈਨਸ ਦਾ 43 ਮਿਲ ਜਵੇ ਸੋ ਮਾਈਨਸ 1 ਆਨਸਰ ਆਏਗਾ ਮਾਈਨਸ 1 ਦੇਖਦੇ ਹਾਂ ਕਿ ਸੋਪਸ਼ਨ ਚ ਡੀ ਆਪਸ਼ਨ கரੈਕਟ ਹੋਏਗੀ ਅਗਲੇ ਕੁਐਸਚਨ ਤੇ ਆ ਜੰਦੇ ਹਾਂ 12 ਤੇ ਮਾਈਨਸ ਦੇ 16 ਨੂੰ ਐਡ ਕਰੇ ਤੇ ਕੀ ਮਿਲੇਗਾ ਇਹਨੂੰ ਆਪਾਂ ਲਿਖ ਸਕਦੇ ਹਾਂ ਇਸ ਤਰ੍ਹਾਂ 12 ਹਾਂਜੀ ਪਲੱਸ ਮਾਈਨਸ ਮਾਈਨਸ 16 ਇਸ ਤਰ੍ਹਾਂ ਨਿਸ਼ਾਨ ਅਲੱਗ-ਲੱਗ ਨੇ ਨਿਸ਼ਾਨਾ ਅਲੱਗ-ਲੱਗ ਹੁਣ ਤਾਂ ਸਬਟ੍ਰੈਕਸ਼ਨ ਹੁੰਦੀ ਹੈ 16 ਚੋਂ 12 ਸਬਟ੍ਰੈਕਟ ਕਰਕੇ 4 ਵੱਡੀ ਜੋ ਆਪਣੇ ਕੋਲ ਨੰਬਰ ਹੈ ਉਸ ਦਾ ਸਾਈਨ ਜੋ ਹੈ ਉਹੀ ਆਨਸਰ ਦਾ ਸਾਈਨ ਹੋਏਗਾ ਮਾਈਨਸ ਦਾ 4 ਇਸ ਦਾ ਆਨਸਰ ਬਣੇਗਾ A অপਸ਼ਨ ਸਹੀ ਹੈ 8th ਕੁਐਸਚਨ ਸਭ ਤੋਂ ਛੋਟੀ ਰਿਣਾਤਮਕ ਸੰਪੂਰਨ ਸੰਖਿਆ ਕਿਹੜੀ ਹੈ ਸਭ ਤੋਂ ਛੋਟੀ ਰਿਣਾਤਮਕ ਸੰਪੂਰਨ ਸੰਖਿਆ ਉਹ ਤਾਂ ਅਸੀਂ ਲੱਭ ਹੀ ਨਹੀਂ ਸਕਦੇ ਕਾਉਂਟ ਵੀ ਡਿਟਰਮਿੰਡ ਤੇ ਇਹਦਾ ਮਤਲਬ D অপਸ਼ਨ ਸਹੀ ਹੈ ਇਸ ਲਈ ਸਭ ਤੋਂ ਵੱਡੀ ਪੁੱਛੀ ਹੁੰਦੀ ਤਾਂ ਇਸ ਦਾ ਆਨਸਰ -1 ਆਉਣਾ ਸੀ ਹਾਂਜੀ ਉਸ ਤੋਂ ਬਾਅਦ ਆੰਨਿਆ ਆਪਾਂ 9th ਕੁਐਸਚਨ ਤੇ ਦੋ ਸੰਪੂਰਨ ਸੰਖਿਆਵਾਂ ਦਾ ਜੋੜ -21 ਹੈ ਹੋ ਜਿਹੜੇ ਨੇ ਆਪਣੇ ਕੋਲ ਇੰਟੀਜਰਸ ਉਹਨਾਂ ਦਾ ਸਬ -21 ਹੈ ਪਹਿਲੀ ਉਹਨਾਂ ਚ -8 ਹੈ ਤਾਂ ਦੂਸਰੀ ਸੰਖਿਆ ਪਤਾ ਲਗਾਣੀ ਛਾਣੇ ਆ ਹਾਂਜੀ ਪਹਿਲੀ ਦਿੱਤੀ ਹੋਈ ਹੈ ਫਸਟ ਦਿੱਤੀ ਹੋਈ ਹੈ -8 ਜਿਹੜੀ ਦੂਸਰੀ ਹੈ ਉਹਨੂੰ x ਲੈ ਲੈਂਦੇ ਆ ਤੇ ਜੋੜ ਦਿੱਤਾ ਹੋਇਆ -21 ਆ -8 ਉਧਰ ਜਾਣਗੇ ਜਾ ਕੇ ਪਲੱਸ ਦੇ ਹੋ ਜਾਣਗੇ x -21 8 opposit signs ਦਾ subtract 21 ਚੋਂ 8 ਘਟਾ ਕੇ 13 ਤੇ ਵੱਡੀ ਐ ਜੋ ਨੰਬਰ ਉਸ ਦਾ ਸਾਈਨ -13 ਸੋ -13 ਇਸ ਦਾ ਆਨਸਰ ਬਣੇਗਾ b অপਸ਼ਨ கரெક્ટ ਹੈ ਅਗਲੇ ਦੇ ਵਿੱਚ ਵੈਲਿਊ ਫਾਈਂਡ ਆਊਟ ਕਰਨੀ ਆਪਾਂ ਇਸ ਦੀ ਹਾਂਜੀ ਇਹਨੂੰ ਮਲਟੀਪਲਾਈ ਕਰਾਂਗੇ 24 30 ਨੂੰ ਮਲਟੀਪਲਾਈ ਕਰਕੇ 24 72 720 ਆ ਜਾਏਗਾ ਤੇ ਦੋਨਾਂ ਚੋਂ ਇੱਕ ਮਾਈਨਸ ਦੀ ਤਾਂ ਅਨਸਰ ਮਾਈਨਸ ਦਾ 720 ਆਏਗਾ ਦੇਖਦੇ ਹਾਂ ਕਿ ਇਸ ਆਪਸ਼ਨ ਚ ਹੈ ਏ ਆਪਸ਼ਨ ਚ ਹੈ ਤਾਂ ਏ ਆਪਸ਼ਨ ਸਹੀ ਹੈ ਨੈਕਸਟ ਹੈ ਕਿੰਦਾ ਇੱਕ ਸਕੂਟਰ 1 ਲੀਟਰ ਪੈਟਰੋਲ ਦੇ ਨਾਲ 16 ਕਿਲੋਮੀਟਰ ਡਿਸਟੈਂਸ ਟ੍ਰੈਵਲ ਕਰ ਸਕਦਾ ਹੈ ਤਾਂ 200 3/4 ਲੀਟਰ ਪੈਟਰੋਲ ਦੇ ਨਾਲ ਇਹ ਸਕੂਟਰ ਕਿੰਨੀ ਦੂਰ ਚਲਾ ਜਾਏਗਾ ਕਿੰਨੀ ਦੂਰੀ ਤੈਅ ਕਰੇਗਾ ਹਾਂਜੀ ਮਲਟੀਪਲਾਈ ਦਾ ਕੁਐਸਚਨ ਹੈ 1 ਲੀਟਰ ਚ ਇਨਾ ਤਾਂ ਐਨ ਲੀਟਰ ਚ ਇਹਦੇ ਨਾਲ ਮਲਟੀਪਲਾਈ ਕਰਦੇ ਆਂਗੇ ਸੋ 2 ਹੋਲ 3 ਓਵਰ 4 ਨੂੰ ਮਲਟੀਪਲਾਈ ਕਰਾਂਗੇ 16 ਕਿਲੋਮੀਟਰ ਦੇ ਨਾਲ ਸੋ ਇਹਨੂੰ ਸਿੰਪਲ ਫ੍ਰੈਕਸ਼ਨ ਚ ਬਦਲਦੇ ਆਂ ਸਧਾਰਨ ਭਿੰਨ ਚ 4 ਦੁਨੀ 8 ਤੇ 3 11/4 ਅੱਗੇ ਵਾਲੇ ਨਾਲ ਗੁਣਾ ਜੋ ਆਜਵੇ ਫਿਰ 3 ਨੂੰ ਜੋੜਨੇ ਆ ਉਹਦੇ ਵਿੱਚ 11/4 16 4 ਚੋਕੇ 16 11 ਚੋਕੇ 44 44 ਕਿਲੋਮੀਟਰ ਇਸ ਦਾ ਆਨਸਰ ਆਏਗਾ ਸੋ so b ਆਪਸ਼ਨ கரੈਕਟ ਹੈ ਅੱਗੇ ਆਪਾਂ ਵੈਲਿਊ ਫਾਈਂਡ ਆਊਟ ਕਰਨੀ ਹੈ ਡਿਵਾਈਡ ਦਾ ਕੁਐਸਚਨ ਹੈ ਆਪਣੇ ਕੋਲ ਹਾਂਜੀ 8 ਨੂੰ ਡਿਵਾਈਡ ਕਰਨਾ 2/5 ਦੇ ਨਾਲ 8 ਡਿਵਾਈਡ ਦਾ ਸਾਈਨ ਹਟਾ ਕੇ ਆਪਾਂ ਕਰ ਲੈਣੇ ਹੁੰਦੇ ਆ ਮਲਟੀਪਲਾਈ ਫਿਰ ਪਿੱਛੇ ਵਾਲੇ ਨੂੰ ਉਲਟਾਉਣਾ ਪਏਗਾ 5 ਉੱਪਰ 2 ਹੇਠਾਂ 2 ਦੇ ਟੇਬਲ 'ਚ 8 ਘੱਟਿਆ ਜਾਏਗਾ 4 ਤੇ 4 ਪੰਜਾ 20 20 ਇਜ਼ ਦਾ ਆਨਸਰ ਆਏਗਾ ਦੇਖਦੇ ਹਾਂ ਕਿ ਸੋ ਆਪਸ਼ਨ ਚ ਹੈ c ਆਪਸ਼ਨ ਤਾਂ c ਆਪਸ਼ਨ கரੈਕਟ ਹੋਏਗੀ ਹਾਂਜੀ ਨੈਕਸਟ 153.7 ਨੂੰ 10 ਨਾਲ ਮਲਟੀਪਲਾਈ ਕਰੀਏ ਤਾਂ ਕੀ ਅਨਸਰ ਆਏਗਾ ਹਾਂਜੀ ਕੀ ਕਰਦੇ ਆਪਾਂ ਇਹਨੂੰ ਸੌਖਾ ਕਰਨ ਦੇ ਲਈ ਇਹਦਾ ਪੁਆਇੰਟ ਰਿਮੂਵ ਕਰਦੇ ਹਾਂ ਇਸ ਤੋਂ ਬਾਅਦ 1537 ਪੁਆਇੰਟ ਹਟਾ ਕੇ ਇੱਕ ਉਹਦੇ ਪਿੱਛੇ ਇੱਕ ਅੰਕ ਦਾ ਜ਼ੀਰੋ ਗੁਣਾ 10 10 ਨਾਲ 10 ਕੈਨਸਲ 1537 ਇਸ ਦਾ ਅਨਸਰ ਬਣੇਗਾ 1537 ਡੀ ਆਪਸ਼ਨ 'ਚ ਹੈ ਤਾਂ ਡੀ ਆਪਸ਼ਨ ਕਰੈਕਟ ਹੋਏਗੀ ਅਗਲੇ ਕੁਐਸਚਨ ਤੇ ਆ ਜੰਦੇ ਆ 36 ਨੂੰ 0.2 ਦੇ ਨਾਲ ਡਿਵਾਈਡ ਕਰੀਏ ਤਾਂ ਕੀ ਆਨਸਰ ਆਏਗਾ ਹਾਂਜੀ 36 ਡਿਵਾਈਡ ਇਹਨੂੰ ਆਪਾਂ ਪੁਆਇੰਟ ਰਿਮੂਵ ਕਰ ਲੈਂਦੇ ਆ 2 ਓਵਰ ਪੁਆਇੰਟ ਦਾ 1 ਪਿੱਛੇ ਇੱਕ ਅੰਕ ਹੈ ਤਾਂ 0 ਸੋ ਅੱਗੇ ਇਹਨੂੰ ਕੀ ਲਿਖ ਸਕਦੇ ਆ 36 ਡਿਵਾਈਡ ਨੂੰ ਮਲਟੀਪਲਾਈਸ ਬਦਲਾਂਗੇ ਪਿੱਛੇ ਵਾਲੇ ਨੂੰ ਉਲਟਾ ਦੇਾਂਗੇ 10 ਓਵਰ 2 ਹਾਂਜੀ ਇਹ ਬਣ ਜਾਏਗਾ ਆਪਣੇ ਕੋਲ ਇਹਦੀ ਉਹ ਕਟਿੰਗ ਕਰ ਦਿੰਦੇ ਆ ਆਪਾਂ 5 ਦੁਣੀ 10 ਹੁੰਦਾ ਹੈ 36 ਨੂੰ 5 ਨਾਲ ਮਲਟੀਪਲਾਈ ਕਰਕੇ 150 ਤੇ 30 180 ਇਸ ਦਾ ਆਨਸਰ ਆ ਜਾਏਗਾ ਸੋ ਬੀ অপਸ਼ਨ கரெક્ટ ਹੈ ਨੈਕਸਟ ਕੁਐਸਚਨ ਹੈ 63 ਡਿਗਰੀ ਦਾ ਪੂਰਕ ਕੋਣ ਯਾਨੀ ਕਿ ਕੰਪਲੀਮੈਂਟਰੀ ਐਂਗਲ ਫਾਈਂਡ ਆਊਟ ਕਰਨਾ ਹੈ ਕੰਪਲੀਮੈਂਟਰੀ ਦੇ ਲਈ 기ਵਨ ਐਂਗਲ ਨੂੰ 90 ਡਿਗਰੀ ਚੋਂ ਸਬਟ੍ਰੈਕਟ ਕਰ ਦਿੱਤਾ ਹੁੰਦਾ ਹੈ ਸਪਲੀਮੈਂਟਰੀ ਜੇ ਆਜਵੇ ਕੁਐਸਚਨ ਸੰਪੂਰਕ ਤਾਂ ਉਹਨੂੰ 180 ਚੋਂ ਘਟਾਉਣਾ ਹੁੰਦਾ ਹੈ ਹਾਂਜੀ ਇਹਨੂੰ ਘਟਾਵਾਂਗੇ ਤਾਂ ਆਪਣੇ ਕੋਲ 27 ਡਿਗਰੀ ਆ ਜਾਏਗਾ ਸੋ ਏ অপਸ਼ਨ கரெક્ટ ਹੈ 16th ਕੁਐਸਚਨ ਦੇਖਦੇ ਹਾਂ ਦਿੱਤੇ ਚਿੱਤਰ ਦੇ ਵਿੱਚ ਦੋ ਕੋਣਾਂ ਦੀਆਂ ਭੁਜਾਵਾਂ ਸਮੰਤਰ ਹਨ ਤੇ ਜਿਹੜੀਆਂ ਐਂਗਲਸ ਨੇ ਉਹਨਾਂ ਦੀਆਂ ਜਿਹੜੀਆਂ ਆਰਮਸ ਨੇ ਇਹ ਪੈਰਲਲ ਨੇ a 70 ਡਿਗਰੀ ਹੈ ਤਾਂ ਕਹਿੰਦਾ ਹੈ DEF ਐਂਗਲ ਇਹ ਜਿਹੜਾ ਪਤਾ ਲਗਾਣਾ ਚਾਹਨੇ ਆਪਾਂ DEF ਐਂਗਲ DEF ਦੇਖੋ ਪਹਿਲਾਂ ਤਾਂ ਆਹ ਹੈ ਇਸ ਦੇ ਪੈਰਲਲ ਹੈ ਆਉਣਾ ਦੀ ਕਾਟਮੀ ਰੇਖਾ ਯਾਨੀ ਕਿ ਟ੍ਰਾਂਸਵਰਸਲ ਹੋਗੀ ਤਾਂ ਆਹ ਐਂਗਲ ਤੇ ਆਹ ਐਂਗਲ ਇਕੁਅਲ ਹੋਣਗੇ ਦੇਖੋ ਐਫ ਬਣਦਾ ਹੋਵੇ ਨਾ ਜਿੱਥੇ ਤਾਂ ਆਹ ਐਂਗਲਸ ਇਕੁਅਲ ਹੁੰਦੇ ਨੇ ਕੋਰਸਪੋਂਡਿੰਗ ਐਂਗਲਸ ਹੁੰਦੇ ਆ ਇਹ ਸੰਗਤ ਕੋਣ ਤਾਂ ਇਹ 70 ਤੇ ਇਹ ਵੀ 70 ਹੋ ਜਾਏਗਾ ਫਿਰ ਦੇਖੋ ਇੱਥੇ ਫੇਰ ਐਫ ਬਣਦਾ ਪਿਆ ਹੈ ਇੱਕ ਤਰ੍ਹਾਂ ਨਾਲ ਤਾਂ ਆਹ ਕੋਣ ਤੇ ਆਹ ਕੋਣ ਬਰਾਬਰ ਹੋਣਗੇ ਆ 70 ਤਾਂ ਆਹ ਡੀਈਐਫ ਵੀ ਇਹਦੇ ਬਰਾਬਰ ਹੀ 70 ਹੋਏਗਾ ਸੋ 70 ਡਿਗਰੀਜ਼ ਦਾ ਆਨਸਰ ਹੋ ਜਾਏਗਾ ਸੋ ਡੀ ਆਪਸ਼ਨ ਹੈ ਜਿਹੜੀ ਇਹ ਸਹੀ ਆਪਸ਼ਨ ਬਣੇਗੀ ਹਾਂਜੀ ਨੈਕਸਟ ਕੁਐਸਚਨ ਤੇ ਆ ਜੰਨੇ ਆ ਉਹ ਕੋਣ ਪਤਾ ਕਰੋ ਜੋ ਆਪਣੇ ਸੰਪੂਰਕ ਦੇ ਬਰਾਬਰ ਹੋਵੇ ਯਾਨੀ ਆਪਣੇ ਸਪਲੀਮੈਂਟਰੀ ਦੇ ਇਕੁਅਲ ਹੋਵੇ ਹਾਂਜੀ ਐਂਗਲ ਲੈ ਲੈਂਦੇ ਆਪਾਂ ਐਕਸ ਐਂਗਲ ਐਕਸ ਯਾਨੀ ਕਿ ਕੋਣ ਮੰਨ ਲੈਂਦੇ ਆਪਾਂ ਐਕਸ ਤਾਂ ਇਸ ਦਾ ਸਪਲੀਮੈਂਟਰੀ ਸਪਲੀਮੈਂਟਰੀ ਯਾਨੀ ਕਿ ਇਸ ਦਾ ਸੰਪੂਰਕ ਸੰਪੂਰਕ ਕਿਵੇਂ ਕੱਢੀਦਾ ਹੁਣੇ ਆਪਾਂ ਗੱਲ ਕੀਤੀ ਸੀ 180 ਚੋਂ ਘਟਾ ਕੇ हूँ उन्होंने कहा कि एंगल तो उसका सप्लीमेंटरी इकुअल नेता एक्स बराबर वन एट्टी डिग्री माइनस एक्स एक्स आह माइनस वाला इधर आ आजगा एक्स प्लस एक्स इक्स टू हंड्रेड एंड एट्टी डिग्री टू एक्स इज इक्व टू वन एट्टी डिग्री एक्स वन एट्टी डिग्री ओवर टू कटिंग करके नाइन डिग्री इसका आंसर आ जाएगा ए ऑप्शन करैक्ट हो जाएगी 18th ਕੁਐਸਚਨ ਨਾਲ ਦੇ ਡਾਇਗਰਾਮ ਦੇ ਵਿੱਚ L ਪੈਰਲਲ ਹੈ M ਦੇ ਸਮੰਤਰ ਹੈ ਤੇ T ਕਾਟਵੀਂ ਰੇਖਾ ਤਾਂ X ਪਤਾ ਲਗਾਣਾ ਚਾਹੁੰਦੇ ਆ ਆਪਾਂ ਹਾਂਜੀ ਦੇਖੋ ਆ ਐਂਗਲ ਹੈ 110 ਤਾਂ ਇਸ ਦੇ ਸਾਹਮਣੇ ਵਾਲਾ ਆ ਵੀ 110 ਹੋ ਜਾਏਗਾ ਕਿਉਂਕਿ ਇੱਥੇ ਕਾਟੀ ਬਣਦੀ ਪਈ ਹੈ ਤਾਂ ਇਹ ਐਂਗਲ ਇਕੁਅਲ ਹੁੰਦੇ ਨੇ ਸਿਖਰ ਸੰਮੁਖ ਕੋਣ ਬੋਲਦੇ ਆ ਇਹਨਾਂ ਨੂੰ ਆਪਾਂ ਵਰਟੀਕਲੀ ਓਪੋਜ਼ਿਟ ਐਂਗਲਸ ਹੁਣ ਅ ਕੋਣ ਤੇ ਆ ਕੋਣ ਦੋਨੋਂ x ਤੇ 110 ਇਹਨਾਂ ਦੋਨਾਂ ਦਾ ਜੋੜ ਹੋਏਗਾ 180 ਡਿਗਰੀ 110 x 180 ਡਿਗਰੀ ਇਹ ਅੰਤਰੀ ਕੋਣ ਨੇ ਕੋ ਇੰਟੀਰੀਅਰ ਐਂਗਲਸ ਕਾਟਵੀਂ ਰੇਖਾ ਦੇ ਇੱਕ ਪਾਸੇ ਦੇ ਅੰਦਰਲੇ ਕੋਣ ਇਹ ਉਧਰ ਜਾ ਕੇ ਘਟ ਜਾਏਗਾ 180 ਡਿਗਰੀ 110 ਡਿਗਰੀ 70 ਡਿਗਰੀ ਇਸ ਦਾ ਆਨਸਰ ਆ ਜਾਏਗਾ ਹਾਂਜੀ 70 ਡਿਗਰੀ ਬੀ ਆਪਸ਼ਨ ਹੈ ਜਿਹੜੀ ਇਹ ਕਰੈਕਟ ਆਪਸ਼ਨ ਬਣੇਗੀ ਨੈਕਸਟ ਹੈ ਐਲ ਸਮਾਂਤਰ ਐਮ ਐ ਤੇ ਟੀ ਘਾਟਵੀ ਐ ਤੇ ਆ ਇੱਕ ਪਾਸੇ ਦੇ ਅੰਦਰੂਨੀ ਕੋਣ ਦਾ ਜੋੜ ਕਿੰਨਾ ਹੋਵੇਗਾ ਹਾਂਜੀ ਜੋ ਆਪਾਂ ਇਹਦੇ ਚ ਪਿਛਲੇ ਕੁਐਸਚਨ ਚ ਪ੍ਰੋਪਰਟੀ ਯੂਜ਼ ਕੀਤੀ ਐ ਉਹਦੇ ਬਾਰੇ ਉਹ ਪੁੱਛ ਰਿਹਾ ਕਿ ਆਹ ਤੇ ਆਹ ਜਿਹੜੇ ਦੋ ਕੋਣ ਨੇ ਇਹਨਾਂ ਦਾ ਜੋੜ ਕਿੰਨਾ ਹੁੰਦਾ 180 ਡਿਗਰੀ ਹੁੰਦਾ ਹੁਣੇ ਆਪਾਂ ਗੱਲ ਕੀਤੀ ਸੀ ਸੋ ਸੀ ਆਪਸ਼ਨ ਹੈ ਜਿਹੜੀ ਇਹ ਕਰੈਕਟ ਹੋਏਗੀ ਨੈਕਸਟ ਹੈ ਕਹਿੰਦਾ ਹੈ ਇੱਕ ਸਥਾਨਕ ਕ੍ਰਿਕਟ ਨੇ ਇੱਕ ਕ੍ਰਿਕਟਰ ਹੋਣਾ ਚਾਹੀਦਾ ਦੇ ਸੈਸ਼ਨ ਵਿੱਚ 20 ਮੈਚ ਖੇਡੇ ਜਿਨ੍ਹਾਂ ਵਿੱਚੋਂ ਟੀਮ ਨੇ 25% ਮੈਚ ਜਿੱਤੇ ਜਿੱਤੇ ਗਏ ਮੈਚਾਂ ਦੀ ਸੰਖਿਆ ਕਿੰਨੀ ਹੈ 25% ਵਿਨ ਕੀਤੇ ਆਊਟ ਆਫ 20 ਸੋ ਪਰਸੈਂਟੇਜ ਕਿਵੇਂ ਨਿਕਲੂਗੀ 20 ਦਾ 25% ਕੱਢ ਲਾਂਗੇ 20 ਦਾ 25% ਇੰਗਲਿਸ਼ మీడియం ਵਾਲੇ ਕਰਨਗੇ 25% ਆਫ 20 ਇਸ ਤਰ੍ਹਾਂ ਸੋ 20 ਮਲਟੀਪਲਾਈ ਆ ਜਾਏਗਾ ਦਾ ਹਟਾ ਕੇ ਉਹਨਾਂ ਦਾ ਆਫ ਹਟਾ ਕੇ ਆ ਜਾਏਗਾ 25% 25 ओवर 100 हां जी 25 ਦੇ ਟੇਬਲ ਦੇ ਵਿੱਚ 100 ਕਟਿੰਗ ਹੋ ਜੇਗੀ 4 ਤੇ 4 ਦੇ ਟੇਬਲ ਸੇ 20 ਕੱਟਿਆ ਜਾਏਗਾ 5 ਤੇ ਸੋ 5 ਮੈਚ 5 ਇਜ਼ ਦਾ ਆਨਸਰ ਆਏਗਾ ਬੀ অপਸ਼ਨ கரੈਕਟ অপਸ਼ਨ ਬਣੇਗੀ ਨੈਕਸਟ ਆ ਜੰਦੇ ਆ 5 ਰੁਪਏ ਦਾ 50 ਪੈਸੇ ਦੇ ਨਾਲ ਅਨੁਪਾਤ ਯਾਨੀ ਕਿ ਰੇਸ਼ਿਓ ਪਤਾ ਲਗਾਣੀ ਹੈ 5 ਰੁਪਏ 50 ਪੈਸੇ ਹਾਂਜੀ ਰੁਪਏ ਨੂੰ ਆਪਾਂ ਪੈਸੇ 'ਚ ਬਦਲ ਲਾਂਗੇ ਪਹਿਲਾਂ ਤਾਂ 1 ਰੁਪਏ 'ਚ 100 ਪੈਸੇ ਹੁੰਦੇ ਆ ਸੋ 100 ਪੈਸੇ ਦੇ ਨਾਲ ਮਲਟੀਪਲਾਈ ਕਰ ਲਾਂਗੇ ਓਵਰ 50 ਪੈਸੇ ਫੈਸ਼ਨਲ ਪੈਸੇ ਕੈਨਸਲ ਹੋ ਜਾਏਗਾ ਹਾਂਜੀ ਆਹ ਜ਼ੀਰੋ ਨਾਲ ਜ਼ੀਰੋ ਕੈਨਸਲ ਹੋ ਜਾਏਗੀ 5 ਦੇ ਨਾਲ 5 ਕੈਨਸਲ ਹੋ ਜਾਏਗਾ ਸੋ 10 ਓਵਰ 1 ਜਾਂ 10 ਅਨੁਪਾਤ 1 ਸੋ ਬੀ ਆਪਸ਼ਨ ਸਹੀ ਹੈ ਕਹਿੰਦੇ 3/4 ਨੂੰ ਪਰਸੈਂਟ ਪ੍ਰਤੀਸ਼ਤ ਦੇ ਵਿੱਚ ਬਦਲਣਾ ਹੈ 22 ਸੈਕਿੰਡ ਹੈ 3/4 ਪਰਸੈਂਟ ਚ ਬਦਲਣ ਲਈ ਇਨਟੂ 100% ਕਰਦੇ ਹੁੰਦੇ ਆਪਾਂ ਸੋ 3/4 ਹਾਂਜੀ ਇਹਦੀ ਕਟਿੰਗ ਕਰ ਲੈਂਦੇ ਆ ਇੱਥੇ 4 ਦੇ ਟੇਬਲ ਚ 100 25 ਚੋਕਾ 100 25 ਨੂੰ 3 ਤੇ ਮਲਟੀਪਲਾਈ ਕਰਕੇ 75% ਜੀ ਦਾ ਆਨਸਰ ਆ ਜਾਏਗਾ ਸੋ 75% ਡੀ অপਸ਼ਨਸ ਹੈ ਡੀ অপਸ਼ਨ ਕਰੈਕਟ অপਸ਼ਨ ਹੋਏਗੀ ਅਗੇ ਨੇ 23ਵਾਂ ਕੁਐਸਚਨ ਤੇ ਕਹਿੰਦਾ ਇੱਕ ਖਡੋਨਾਕਾਰ ਦਾ ਮੁੱਲ 500 ਰੁਪਏ ਹੈ ਦੁਕਾਨਦਾਰ ਨੇ ਇਸ ਨੂੰ 20% ਲਾਭ ਤੇ ਵੇਚਿਆ ਤਾਂ ਲਾਭ ਰੁਪਇਆਂ ਵਿੱਚ ਹੋਵੇਗਾ ਤਾਂ ਕਿੰਨੇ ਰੁਪਏ ਲਾਭ ਹੋਏਗਾ ਹਾਂਜੀ 500 ਦਾ 20% ਕੱਢ ਲਾਂਗੇ ਇਹੀ ਪ੍ਰੋਫਿਟ ਹੈ ਉਸ ਦਾ 500 ਦਾ ਇੰਟੂ 20% 20 ਓਵਰ 100 ਸੋ ਦੋ ਜ਼ੀਰੋਜ਼ ਕੈਨਸਲ ਹੋ ਗੀਆਂ 250 100 ਰੁਪਏ 100 ਰੁਪੀਸ ਦਾ ਆਨਸਰ ਆ ਜਾਏਗਾ ਤੇ ਇਹ অপਸ਼ਨ ਇਟ ਮੀਨਸ ਕਰੈਕਟ অপਸ਼ਨ ਬਣੇਗੀ 24th ਕੁਐਸਚਨ ਦੇਖਦੇ ਆ ਇੱਕ ਸੰਖਿਆ ਪਤਾ ਲਗਾਣੀ ਹੈ ਜਿਸਦਾ 5% 600 ਹੈ ਹਾਂਜੀ ਉਹ ਜਿਹੜਾ ਨੰਬਰ ਹੈ ਉਹਨੂੰ ਆਪਾਂ x ਅਸਿਊਮ ਕਰ ਲੈਂਦੇ ਆ x ਦਾ 5% ਕੀ ਆਇਆ ਕਿ ਕਿਸ ਦੇ ਇਕੁਅਲ ਹੈ 600 ਦੇ ਸੋ x ਦਾ ਹਟਾ ਕੇ 5% ਹਟਾ ਕੇ 100 600 ਸੋ ਇਹ ਇਹ ਦੀ ਕਟਿੰਗ ਕਰ ਲੈਂਦੇ ਆ ਪੰਜ ਦੇ ਟੇਬਲ 'ਚ 100 ਆ ਗਿਆ 20 ਤੇ ਸੋ x 600 20 600 ਇਹ ਉਧਰ ਜਾ ਕੇ ਮਲਟੀਪਲਾਈ ਹੋ ਜਾਏਗਾ x 600 20 12000 ਇਜ਼ ਦਾ ਆਨਸਰ ਆ ਜਾਏਗਾ 12000 ਸੋ 12000 ਕਿੱਥੇ ਹੈ ਹਾਂਜੀ ਡੀ ਆਪਸ਼ਨ 'ਚ ਤਾਂ ਡੀ ਆਪਸ਼ਨ கரੈਕਟ ਹੈ ਜੀ ਨੈਕਸਟ ਕੁਐਸਚਨ ਦੇ ਵਿੱਚ 25 ਦੇ ਵਿੱਚ so, 1200 ਰੁਪਏ ਤੇ 10 ਪ੍ਰਤੀਸ਼ਤ ਦੀ ਸਲਾਨਾ ਦਰ ਦੇ ਨਾਲ 3 ਸਾਲ ਦਾ ਸਧਾਰਨ ਵਿਆਜ ਕਿੰਨਾ ਹੋਵੇਗਾ ਸਧਾਰਨ ਵਿਆਜ ਯਾਨੀ ਕਿ ਸਿੰਪਲ ਇੰਟਰਸਟ ਪਤਾ ਲਗਾਉਣਾ ਹੈ ਆਪਾਂ ਫਾਰਮੂਲਾ ਹੁੰਦਾ ਆਪਣੇ ਕੋਲ ਪੀ ਇੰਟੂ ਆਰ ਇੰਟੂ ਟੀ ਓਵਰ 100 ਮੂਲ ਤਨ ਗੁਣਾ ਦਰ ਗੁਣਾ ਸਮਾਂ ਵਟੇ 100 ਸੋ 1200 ਇੰਟੂ ਦਰ ਹੈ 10 ਤੇ ਟਾਈਮ ਹੈ 3 ਸਾਲ ਵਟੇ ਸੋ ਦੋ ਜ਼ੀਰੋਜ਼ ਨੇ ਜਿਹੜੀਆਂ ਇੱਕ ਇਹਦੇ ਨਾਲ ਇੱਕ ਇਹਦੇ ਨਾਲ ਕੈਨਸਲ ਹੋ ਚੁਗੀ 1236 ਨਾਲ ਇੱਕਾ ਜ਼ੀਰੋ ਲੱਗ ਜੂਗੀ 360 ਰੁਪਏ ਇਸ ਦਾ ਆਨਸਰ ਬਣੇਗਾ ਸੋ ਏ অপਸ਼ਨ ਸਹੀ ਹੈ ਹਾਂਜੀ ਅੱਗੇ ਆਨੇ 26th ਕੁਐਸਚਨ ਤੇ ਕਹਿੰਦਾ ਸਮਦੋਭੁਜੀ ਤ੍ਰਿਭੁਜ ਦੀ ਘੁੰਮਣ ਸਮਮਿਤੀ ਦਾ ਕ੍ਰਮ ਕਿੰਨਾ ਹੈ ਸਮਦੋਭੁਜੀ ਤ੍ਰਿਭੁਜ ਯਾਨੀ ਕਿ ਆਈਸੋਸਸਲਸ ਟ੍ਰੈਂਗਲ ਤੇ ਆਈਸੋਸਸਲਸ ਟ੍ਰੈਂਗਲ ਯਾਨੀ ਸਮਦੋਭੁਜੀ ਤ੍ਰਿਭੁਜ ਦਾ ਘੁੰਮਣ ਸਮਮਿਤੀ ਦਾ ਕ੍ਰਮ ਹੁੰਦਾ ਹੈ 1 ਸੋ ਏ অপਸ਼ਨ ਕਰੈਕਟ ਹੈ ਹਾਂਜੀ ਜੇਕਰ ਇਹ ਕੁਐਸਚਨ ਸੰਪੂਜੀ ਤ੍ਰਿਭੁਜ ਲਈ ਹੁੰਦਾ ਸੰਪੂਜੀ ਤ੍ਰਿਭੁਜ ਯਾਨੀ ਕਿ ਇਕੂਲੇਟਰਲ ਟ੍ਰਾਇੰਗਲ ਤਾਂ ਉਦੋਂ ਆਪਣੇ ਕੋਲ ਆਣਾ ਸੀ ਆਨਸਰ 3 ਹਾਂਜੀ ਨੈਕਸਟ ਕੁਐਸਚਨ ਨੂੰ ਦੇਖਦੇ ਆ 27 ਖਨਾਵ ਦੇ ਫਲਕਾਂ ਦੀ ਗਿਣਤੀ ਯਾਨੀ ਕਿ ਨੰਬਰ ਆਫ ਫੇਸਿਸ ਆਫ ਕਯੂਬੋਇਡ ਹਾਂਜੀ ਕਯੂਬੋਇਡ ਆ ਜਾਵੇ ਜਾਂ ਕਯੂਬ ਆ ਜਾਵੇ ਫਲਕ ਉਸਦੇ ਜਿਵੇਂ ਤੁਸੀਂ ਇੱਕ ਰੂਮ 'ਚ ਬੈਠੇ ਹੋ ਉਹਦੀਆਂ ਬਸ ਦੀਵਾਰਾਂ ਛੱਤ ਤੇ ਫਰਸ਼ ਉਥੋਂ ਆਪਾਂ ਇਹਨਾਂ ਦੀ ਗਿਣਤੀ ਪਤਾ ਲਗਾ ਸਕਦੇ ਹਾਂ ਬਹੁਤ ਹੀ ਸੌਖ ਹੈ ਕਿਉਂਕਿ ਚਾਰ ਦੀਵਾਰਾਂ ਹੁੰਦੀਆਂ ਨੇ ਆਪਣੇ ਕੋਲ ਇੱਕ ਛੱਤ ਤੇ ਇੱਕ ਫਰਸ਼ ਸੋ ਇਹਦੇ ਵਿੱਚ ਆਪਣੇ ਕੋਲ ਕਿੰਨੇ ਫਲਕ ਹੋਣਗੇ 6 ਫਲਕ ਹੋਣਗੇ ਹਾਂਜੀ ਆਲੇ ਦੁਆਲੇ ਵਾਲੀਆਂ ਦੀਵਾਰਾਂ ਚਾਰ ਇੱਕ ਛੱਤ ਤੇ ਇੱਕ ਫਰਸ਼ 6 ਫਲਕ ਸੋ ਇਹ ਆਪਸ਼ਨ கரੈਕਟ ਹੋਏਗੀ ਤੇ ਜੇਕਰ ਆਪਣੇ ਕੋਲ ਸ਼ਿਖਰ ਪੁੱਛੇ ਹੋਣ ਆ ਸ਼ਿਖਰ ਹੁੰਦੇ ਨੇ 1 2 3 4 5 6 7 8 ਸ਼ਿਖਰ ਯਾਨੀ ਵਰਟੈਸਿਸ ਤੇ ਕਿਨਾਰੇ ਹਾਂਜੀ ਆ ਲਾਈਨਜ਼ 1 2 3 4 ਚਾਰ ਉੱਪਰ 4 5 6 7 8 ਚਾਰ نیچے ਤੇ ਚਾਰ ਖੜਵੀਆਂ 9 10 11 12 100 ਆਪਣੇ ਕੋਲ ਕਿਨਾਰੇ ਯਾਨੀ ਐਜ ਹੁੰਦੇ ਨੇ 12 ਯਾਦ ਰੱਖਣਾ ਹੈ ਕਿਊਬੋਇਡ ਲਈ ਵੀ ਕਿਊਬ ਲਈ ਵੀ ਯਾਨੀ ਘਣ ਲਈ ਵੀ ਕਣਾਂ ਲਈ ਵੀ ਇਹ ਸੇਮ ਹੁੰਦੀਆਂ ਨੇ ਸਾਰੀਆਂ ਚੀਜ਼ਾਂ ਹਾਂਜੀ ਅਗਲਾ ਕੀ ਇਹਨਾਂ ਦੇ ਵਿੱਚੋਂ ਕਿਹੜੀ ਤਿੰਨ ਪਸਾਰੀ ਨਹੀਂ ਹੈ ਗੋਲਾ ਗੋਲਾ ਤਾਂ ਤਿੰਨ ਪਸਾਰੀ ਹੁੰਦਾ ਹੈ 3D ਘਣ ਵੀ ਤਿੰਨ ਪਸਾਰੀ ਹੈ ਵੇਲਣ ਵੀ ਤਿੰਨ ਪਸਾਰੀ ਹੈ ਹਾਂ ਜਿਹੜੇ ਤ੍ਰਿਭੁਜ ਹੁੰਦੇ ਉਹ ਇੱਕ ਪਲੇਨ ਫਿਗਰ ਹੈ ਉਹਨੂੰ ਅਸੀਂ ਸਮਤਲ 'ਚ ਬਣਾਉਂਦੇ ਆ ਪਲੇਨ 'ਚ ਸੋ ਇਹ ਤਿੰਨ ਪਸਾਰੀ ਨਹੀਂ ਹੈ ਹਾਂਜੀ ਪਿਛਲੇ ਸੈਂਪਲ ਪੇਪਰ ਚ ਅਸੀਂ ਇੱਕ ਕੁਐਸਚਨ ਡਿਸਕਸ ਕੀਤਾ ਸੀ ਜੇਕਰ ਬਈ ਇੱਟ ਦੇ ਲਈ ਆਜਵੇ ਕੁਐਸਚਨ ਕਿ ਉਹਨੂੰ ਲੰਬ ਰੂਪ ਵਿੱਚ ਕੱਟਣ ਤੇ ਦੁਸਾਰ ਕਾਟ ਕਿਵੇਂ ਦਾ ਬਣੇਗਾ ਹਾਂਜੀ ਇੱਟ ਨੂੰ ਜੇਕਰ ਲੰਬ ਰੂਪ ਚ ਕੱਟੀਏ ਤਾਂ ਦੁਸਾਰ ਕਾਟ ਯਾਨੀ ਕਿ ਕ੍ਰੋਸ ਸੈਕਸ਼ਨ ਜਿਹੜਾ ਹੋਏਗਾ ਉਹ ਇੱਕ ਆਇਤ ਹੋਏਗਾ ਪਿਛਲੇ ਚ ਡਿਸਕਸ ਕੀਤਾ ਸੀ ਯਾਨੀ ਕਦੇ ਵੀ ਘਣਾਵ ਘਣਾਵ ਦੇ ਸ਼ੇਪ ਦੇ ਵਿੱਚ ਚੀਜ਼ ਨੂੰ ਕੱਟੀਏ ਤਾਂ ਆਇਤ ਮਿਲਦੀ ਹੈ ਤੇ ਘਣ ਦੀ ਸ਼ੇਪ ਦੇ ਵਿੱਚ ਕੱਟੀਏ ਤਾਂ ਵਰਗ ਮਿਲਦਾ ਹੈ ਤੇ ਜੇਕਰ ਬੇਲਨ ਨੂੰ ਜਾਂ ਫਿਰ ਕੋਨ ਨੂੰ ਕੱਟিয়ে ਤਾਂ ਮਿਲਦਾ ਹੁੰਦਾ ਹੈ ਆਪਾਂ ਨੂੰ ਚੱਕਰ ਯਾਨੀ ਕਿ ਸਰਕਲ ਯਾਦ ਰੱਖਣਾ ਹੈ ਨੈਕਸਟ ਕੁਐਸਚਨ ਹੈ ਕਿ ਕਿਹੜਾ ਇੱਕ ਕਣ ਲਈ জাল ਨਹੀਂ ਹੋ ਸਕਦਾ ਇਹਨਾਂ ਦੇ ਵਿੱਚੋਂ ਚਾਰ ਆਪਣੇ ਕੋਲ ਫਿਗਰਸ ਦਿੱਤੀਆਂ ਹੋਈਆਂ ਨੇ ਕਿਹੜਾ ਇੱਕ জাল ਨਹੀਂ ਹੋ ਸਕਦਾ ਕਣ ਬਣਾਉਣ ਦੇ ਲਈ ਹਾਂਜੀ ਇਹਨਾਂ ਦੇ ਵਿੱਚੋਂ ਜਿਹੜਾ ਫਰਸਟ ਹੈ ਇਹਨੂੰ ਅਸੀਂ ਇੱਕ ਘਣ ਬਣਾਉਣ ਦੇ ਲਈ ਨਹੀਂ ਬਚ ਸਕਦੇ ਜਾਂ ਇਹਦੇ ਵਿੱਚੋਂ ਆਪਾਂ ਇੱਕ ਘਣ ਨਹੀਂ ਬਣਾ ਸਕਦੇ ਬਾਕੀਆਂ ਤੋਂ B C ਅਤੇ D ਤੋਂ ਘਣ ਬਣ ਸਕਦਾ ਸੋ ਇਸ ਦੇ ਲਈ অপਸ਼ਨ A ਹੈ ਜਿਹੜੀ ਉਹ ਸਹੀ অপਸ਼ਨ ਹੋਏਗੀ ਹਾਂਜੀ ਨੈਕਸਟ ਆ ਜਾਂਦੇ ਆ ਆਪਾਂ ਕਹਿੰਦਾ ਦਿੱਤੇ ਪੈਟਰਨ ਵਿੱਚ ਅਗਲੀ ਪਰਮੇਯ ਸੰਖਿਆ ਕਿਹੜੀ ਹੈ ਉਹ ਲੱਭਣਾ ਹੈ ਆਪਾਂ ਨੈਕਸਟ ਸਵਾਲ ਨੰਬਰ -1 ਫਿਰ -2 -3 ਦਾ ਮਤਲਬ ਅਗਲੀ ਦਾ -4 ਆਉਗੀ ਥੱਲੇ 4 ਦੁਣੀ 8 ਫਿਰ 4 ਤੀਏ 12 ਫਿਰ 4 ਚੋਕੇ 16 ਹੋ ਜਾਣਾ ਚਾਹੀਦਾ ਇਸ ਦੇ ਹੇਠਾ -4/16 ਸੋ ਦੇਖਦੇ ਹਾਂ ਕਿਸ ਆਪਸ਼ਨ ਚ ਹੈ ਹਾਂਜੀ B ਆਪਸ਼ਨ ਸਹੀ ਹੈ ਨੈਕਸਟ ਹੈ ਕਹਿੰਦਾ 25/45 ਦਾ ਸਲਤਮ ਰੂਪ ਯਾਨੀ ਸਿੰਪਲੇਸਟ ਫਾਰਮ 25/45 ਹਾਂਜੀ 5 ਦੇ ਟੇਬਲ ਚ ਕੱਟਾਂਗੇ 5 5 25 5 9 45 ਸੋ 5/9 C ਆਪਸ਼ਨ ਸਹੀ ਹੈ ਨੈਕਸਟ ਕੁਐਸਚਨ ਦੇ ਵਿੱਚ ਇਹਨਾਂ ਨੂੰ ਆਪਾਂ ਮਲਟੀਪਲਾਈ ਕਰਕੇ ਵੈਲਿਊ ਫਾਈਂਡ ਆਊਟ ਕਰਨੀ ਹੈ ਹਾਂਜੀ ਆਪਾਂ ਦੇਖ ਸਕਦੇ ਹਾਂ ਕਿ ਕਟਿੰਗ ਪੋਸੀਬਲ ਨਹੀਂ ਹੈ ਜਦੋਂ ਕਟਿੰਗ ਪੋਸੀਬਲ ਨਹੀਂ ਹੁੰਦੀ ਤਾਂ ਉੱਪਰ ਦੀ ਉੱਪਰ ਗੁਣਾ ਕਰ ਦਿੰਦੇ ਹਾਂ 9 6 54 ਨਾਲ ਮਾਈਨਸ ਹੈ ਸੋ -54 11 5 55 -54 e de 55 ਇਹ অপਸ਼ਨ ਸਹੀ ਆਏਗੀ ਨੈਕਸਟ ਕੁਐਸਚਨ ਦੇਖਦੇ ਹਾਂ 34th ਜੋੜ ਦਾ ਸਵਾਲ ਹੈ ਹਾਂਜੀ ਬਟਰਫਲਾਈ तितਲੀ ਵਿਧੀ ਵਰਤਾਂਗੇ ਇਹਨੂੰ ਇਹਦੇ ਨਾਲ ਗੁਣਾ 5 5 25 ਵਿਚਕਾਰ ਹੈ ਪਲੱਸ ਇਹਨੂੰ ਇਧਰਾ ਗੁਣਾ 33 ਏ 9 ਵਟੇ ਇਹਨਾਂ ਦੀ ਗੁਣਾ 33 ਏ 15 25 ਤੇ 9 34 ਵਟੇ 15 ਆਨਸਰ ਆਏਗਾ ਬੀ অপਸ਼ਨ ਸਹੀ ਹੈ ਹਾਂਜੀ 35th ਕੁਐਸਚਨ 0 ਤੇ -7/6 ਵਿੱਚੋਂ ਕਿਹੜੀ ਪਰਿਮੇਯ ਸੰਖਿਆ ਵੱਡੀ ਹੈ ਵਿੱਚ ਆਫ ਦਾ ਫੋਲੋਇੰਗ ਵਿੱਚ ਆਫ ਥੀਸ ਟੂ ਇਜ਼ ਲਾਰਜਰ ਰੈਸ਼ੀਨਲ ਨੰਬਰ ਹਾਂਜੀ 0 ਹੈ ਜਿਹੜਾ ਇਹ ਹਮੇਸ਼ਾ ਹੀ ਮਾਈਨਸ ਵਾਲਿਆਂ ਤੋਂ ਸਭ ਤੋਂ ਵੱਡਾ ਹੁੰਦਾ ਹੈ ਮਾਈਨਸ ਵਾਲਿਆਂ ਚੋਂ ਵੱਡਾ ਹੀ ਹੁੰਦਾ ਹੈ ਇੱਕ ਮਾਈਨਸ ਦੀ ਹੋਵੇ ਇੱਕ ਜ਼ੀਰੋ ਹੋਵੇ ਤਾਂ ਜ਼ੀਰੋ ਵੱਡਾ ਹੁੰਦਾ ਹੈ ਇਹਨਾਂ ਚੋਂ ਕਿਉਂਕਿ ਨੰਬਰ ਲਾਈਨ ਤੇ ਜ਼ੀਰੋ ਇੱਥੇ ਹੁੰਦਾ ਹੈ ਪਿੱਛੇ ਵਾਲੇ ਸਾਰੇ ਮਾਈਨਸ ਦੇ ਹੁੰਦੇ ਨੇ ਤੇ ਜਿਹੜਾ ਨੰਬਰ ਲਾਈਨ ਤੇ ਸੱਜੇ ਪਾਸੇ ਹੁੰਦਾ ਹੈ ਰਾਈਟ ਸਾਈਡ ਤੇ ਵੱਡਾ ਹੁੰਦਾ ਇਸ ਲਈ ਜ਼ੀਰੋ ਵੱਡਾ ਹੈ ਹਾਂਜੀ ਅੱਗੇ ਇਸ ਦੀ ਵੈਲਿਊ ਆਪਾਂ ਪਤਾ ਲਗਾਣੀ ਹੈ ਮਾਈਨਸ ਆਜ਼ੀ ਘਾਤ 3 ਸੋ ਤਿੰਨ ਵਾਰ ਗੁਣਾ ਕਰਾਂਗੇ ਮਾਈਨਸ 10 ਨੂੰ ਮਾਈਨਸ 10 ਗੁਣਾ ਮਾਈਨਸ 10 ਹਾਂਜੀ ਇਹ 2 ਮਾਈਨਸ ਕੱਟੇ ਜਾਣਗੇ 1 ਮਾਈਨਸ ਫੇਰ ਵੀ ਰਹਿ ਜਾਏਗਾ 10 10 ਤੇ 10 ਦੀ ਗੁਣਾ ਤੋਂ ਮਿਲ ਜਾਏਗਾ 1000 ਮਾਈਨਸ 8000 ਸੋ ਡੀ ਆਪਸ਼ਨ ਹੈ ਜਿਹੜੀ ਇਹ கரெਕਟ ਹੈ ਹਾਂਜੀ ਅੱਗੇ ਆ ਜੰਦੇ ਹਾਂ 72 ਨੂੰ ਕਹਿੰਦਾ ਭਾਜ ਗੁਣਨਖੰਡ ਦੀਆਂ ਘਾਤਾਂ ਦੇ ਰੂਪ ਵਿੱਚ ਦਰਸਾਉਣਾ ਹੈ ਪ੍ਰਾਈਮ ਫੈਕਟਰਸ ਪਾਵਰਸ ਦੀ ਪ੍ਰੋਡਕਟ ਦੇ ਵਿੱਚ ਦਿਖਾਣਾ ਹੈ 72 ਦੇ ਪਹਿਲਾਂ ਤਾਂ ਫੈਕਟਰਸ ਬਣਾਉਨੇ ਆ 2 ਤੇ ਡਿਵਾਈਡ ਕਰਾਂਗੇ 36 2 ਤੇ ਡਿਵਾਈਡ ਕਰਾਂਗੇ 18 2 ਤੇ ਡਿਵਾਈਡ ਕਰਾਂਗੇ 9 3 ਤੇ ਡਿਵਾਈਡ ਹੋਏਗਾ 3 3 ਤੇ ਡਿਵਾਈਡ ਹੋਏਗਾ 1 ਹਾਂਜੀ 2 ਕਿੰਨੀ ਵਾਰ ਆਇਆ 3 ਵਾਰ ਤੇ 3 ਆਇਆ 2 ਵਾਰ ਸੋ 2 ਦੀ 3 3 ਦੀ 2 2 ਦੀ 3 3 ਦੀ 2 2 ਦੀ 3 3 ਦੀ 2 ਸੋ ਬੀ অপਸ਼ਨ கரੈਕਟ ਹੈ ਨੈਕਸਟ 38th ਕੁਐਸਚਨ ਦੇਖਦੇ ਹਾਂ ਇਹਨੂੰ ਸੋਲਵ ਕਰਨਾ ਹੈ ਹਾਂਜੀ ਆਪਾਂ ਨੂੰ ਪਤਾ ਹੈ a ਦੀ ਪਾਵਰ 0 ਇਕੁਅਲ ਟੂ 1 ਕਿਸੇ ਦੀ ਵੀ ਘਾਤ 0 ਇਕ ਹੁੰਦਾ ਹੈ ਸੋ ਇਹਦੇ ਵਿੱਚ ਇੱਥੇ ਅੰਦਰ ਆ ਜਾਏਗਾ 1 ਪਲੱਸ 3 ਦੀ ਪਾਵਰ 0 ਇਹ ਵੀ 1 ਪਿੱਛੇ ਗੁਣਾ 5 ਦੀ 0 ਗੁਣਾ 5 ਦੀ ਪਾਵਰ 0 ਵੀ 1 1 ਤੇ 1 2 2 ਨੂੰ 1 ਨਾਲ ਮਲਟੀਪਲਾਈ ਕਰਾਂਗੇ 2 ਹੀ ਆਨਸਰ ਆ ਜਾਏਗਾ ਸੋ b অপਸ਼ਨ ਸਹੀ ਹੈ ਜੀ ਅੱਗੇ 39th ਕੁਸ਼ਚਨ ਹੈ ਦਿੱਤੀ ਸੰਖਿਆ ਦੇ ਲਈ ਵਿਸਤ੍ਰਿਤ ਰੂਪ ਪਤਾ ਲਗਾਉਣਾ ਚਾਹੁੰਦੇ ਆਪਾਂ ਆ ਨੰਬਰ ਹੈ ਹਾਂਜੀ 200680 ਹਾਂਜੀ 2 ਗੁਣਾ ਇਹਦੇ ਪਿੱਛੇ ਕਿੰਨੇ ਅੰਕ ਨੇ 3 ਤੇ 2 5 10 ਦੀ ਪਾਵਰ 5 ਪਲੱਸ ਉਸ ਤੋਂ ਬਾਅਦ ਆਹ ਜ਼ੀਰੋ ਤਾਂ ਆਪਾਂ ਨਹੀਂ ਲਾਵਾਂਗੇ ਆਹ ਜ਼ੀਰੋ ਦਾ ਵੀ ਨਹੀਂ ਲਾਂਗਾ ਲਾਵਾਂਗੇ ਫਿਰ ਆਹ 6 ਆ ਜਾਏਗਾ 6 ਗੁਣਾ 10 ਦੀ ਪਾਵਰ ਇਹਦੇ ਪਿੱਛੇ ਕਿੰਨੇ ਅੰਕ ਨੇ 2 ਸੋ 6 ਗੁਣਾ 10 ਦੀ ਪਾਵਰ 2 ਅੱਗੇ ਪਲੱਸ 8 ਗੁਣਾ 10 ਦੀ ਪਾਵਰ 2 ਤੋਂ ਬਾਅਦ ਇਹਦੇ ਪਿੱਛੇ ਜ਼ੀਰੋ 8 ਤੋਂ ਬਾਅਦ ਇੱਕੋ ਹੀ ਅੰਕ ਹੈ ਸੋ 10 ਦੀ ਪਾਵਰ 1 ਉਸ ਤੋਂ ਬਾਅਦ ਤਾਂ ਜ਼ੀਰੋ ਹੈ ਉਹਦੇ ਲਈ ਲਿਖਣ ਦੀ ਜ਼ਰੂਰਤ ਨਹੀਂ ਸੋ 5 2 ਤੇ 1 5 2 ਤੇ 100 ਸੀ অপਸ਼ਨ ਹੈ ਜਿਹੜੀ ਉਹਦੇ ਨਾਲ ਇਹ ਮਿਲਦਾ ਪਿਆ ਹੈ ਸੀ অপਸ਼ਨ ਸਹੀ ਹੈ ਹਾਂਜੀ ਆਖਰੀ ਕੁਐਸਚਨ ਹੈ ਕਹਿੰਦਾ ਹੇਠ ਦਿੱਤੇ ਵਿੱਚੋਂ ਕਿ ਸਖਰਿਤੀ ਦੀਆਂ ਅਣਗਿਣਤ ਸਮਮਿਤੀ ਰੇਖਾਵਾਂ ਹੁੰਦੀਆਂ ਨੇ ਹਾਂਜੀ ਜਿਹੜਾ ਚੱਕਰ ਹੁੰਦਾ ਉਸ ਦੀਆਂ ਅਣਗਿਣਤ ਸਮਮਿਤੀ ਰੇਖਾਵਾਂ ਹੁੰਦੀਆਂ ਨੇ ਸੋ ਇਹ ਇਸ ਦਾ ਆਨਸਰ ਬਣੇਗਾ ਤ੍ਰਿਭੁਜ ਉਹਦੀ ਟਾਈਪ ਤੇ ਡਿਪੈਂਡ ਕਰਦਾ ਕਿ ਕਿੰਨੀਆਂ ਸਮਮਿਤੀ ਰੇਖਾਵਾਂ ਨੇ ਉਸ ਦੀਆਂ ਹਾਂਜੀ ਇਕੁਲੇਟਰਲ ਟ੍ਰਾਇੰਗਲ ਯਾਨੀ ਕਿ ਸਮਭੁਜੀ ਤ੍ਰਿਭੁਜ ਦੀਆਂ ਤਿੰਨ ਹੁੰਦੀਆਂ ਨੇ ਆਈਸੋਸੈਲਸ ਦੀ ਇੱਕ ਹੁੰਦੀ ਹੈ ਵਿਖੰਭੁਜ ਦੀ ਕੋਈ ਨਹੀਂ ਹੁੰਦੀ ਅੱਗੇ ਵਰਗ ਵਰਗ ਦੀਆਂ ਚਾਰ ਹੁੰਦੀਆਂ ਨੇ ਆਇਤ ਆਇਤ ਦੀਆਂ ਦੋ ਹੁੰਦੀਆਂ ਨੇ ਸਮਮਿਤੀ ਰੇਖਾਵਾਂ ਸੋ ਸਟੂਡੈਂਟਸ ਇਸ ਦੇ ਨਾਲ ਹੀ ਤੁਹਾਡੇ ਟਰਮ 1 ਦੇ ਪੇਪਰਾਂ ਦੀ ਤਿਆਰੀ ਲਈ ਡਿਪਾਰਟਮੈਂਟ ਵੱਲੋਂ ਭੇਜੇ ਗਏ ਸੈਕੰਡ ਸੈਂਪਲ ਪੇਪਰ ਦਾ ਸੋਲੂਸ਼ਨ ਹੁੰਦਾ ਹੈ ਕੰਪਲੀਟ ਆਈ ਹੋਪ ਕਿ ਤੁਹਾਨੂੰ ਇਹ ਕੁਐਸਚਨਸ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ ਫਿਰ ਵੀ ਕੋਈ ਪ੍ਰੋਬਲਮ ਹੋਈ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਆਪਣੇ ਹੋਰ ਫਰੈਂਡਸ ਤੇ ਸਟੂਡੈਂਟਸ ਨਾਲ ਸ਼ੇਅਰ ਕਰ ਦੇਣਾ ਤੇ ਹਾਂ ਜੇਕਰ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਹੁਣੇ ਸਬਸਕ੍ਰਾਈਬ ਕਰਕੇ ਨਾਲ ਦੀ ਨਾਲ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਸਾਡੀਆਂ ਸਾਰੀਆਂ ਲੇਟੈਸਟ ਵੀਡੀਓਜ਼ ਤੁਹਾਡੇ ਤੱਕ ਜਲਦ-ਜਲਦ ਪਹੁੰਚ ਸਕਣ